ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ। ਲੁਧਿਆਣੇ ਦੇ ਲਾਗੇ 6-7 ਮੀਲਾਂ ਦੀ ਵਿੱਥ ਤੇ ਇੱਕ ਪਿੰਡ ਹੈ। ਕੁਝ ਬਰਸ ਹੋਏ ਇੱਥੇ ਇੱਕ ਜ਼ਿਮੀਂਦਾਰ ਜੱਟ ਗੁਰੂ ਦੇ ਪ੍ਰੇਮ ਰੰਗ ਵਿੱਚ ਮੁਸ਼ਕਿਆ ਸੀ। ਉਸ ਦੀ ਬੜੀ ਪ੍ਰਸਿੱਧੀ ਤੇ ਮਾਨਤਾ ਸੀ। ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਸਨ। ਸੀ ਉਹ ਅਨਪੜ੍ਹ। ਉਸ ਨੂੰ ਰਾਮ ਦੀ ਰੰਗਣ ਇੱਕ ਰੰਗਤੇ ਸਾਧੂ ਤੋਂ ਲੱਗੀ ਸੀ। ਉਹ ਇਉਂ ਕਿ ਇੱਕ ਦਿਨ ਉਹ ਆਪਣਾ ਖੂਹ ਗੇੜ ਰਿਹਾ ਸੀ, ਬਲਦ ਹਾਰਟ ਨੂੰ ਚਲਾ ਰਹੇ ਸਨ ਤੇ ਇਹ ਪਿੱਛੇ ਗਾਦੀ ਤੇ ਬੈਠਾ ਇਹਨਾਂ ਨੂੰ ਹਿੱਕ ਰਿਹਾ ਸੀ। ਗਰਮੀ ਦੇ ਦਿਨ ਸਨ ਕਿ ਸਾਈਂ ਦੇ ਨਾਮ ਵਾਲਾ ਸਾਧੂ ਉਹਦੇ ਖੂਹ ਤੇ ਆ ਨਿਕਲੇ। ਸਾਧੂ ਨੇ ਜੱਟ ਵੱਲ ਮੂੰਹ ਕਰਕੇ ਆਖਿਆ, ਭਾਈ ਮਿੱਤਰਾ ਪਾਣੀ ਤਾਂ ਪਿਲਾ, ਸਾਈਂ ਤੇਰਾ ਭਲਾ ਕਰੇ, ਪਿਆਸਾ ਹਾਂ। ਜੱਟ ਨੇ ਖੜੋ ਕੇ ਨਮਸਕਾਰ ਕੀਤੀ, ਫਿਰ ਵਿਚਾਰਿਆ, ਸਾਧੂ ਹੈ, ਇਸ ਨੂੰ ਫੋਕਾ ਪਾਣੀ ਕੀ ਪਿਲਾਵਾਂ, ਖੂਹ ਤੇ ਗਾਂ ਬੱਝੀ ਹੈ, ਹੋਵੇ ਨਾ ਤਾਂ ਇਸ ਨੂੰ ਦੁੱਧ ਦੀ ਲੱਸੀ ਬਣਾ ਦੇਵਾਂ। ਇਹ ਸੋਚ ਕੇ ਉਸਨੇ ਚੱਬ ਨਾਲ ਗਾਂ ਚੋਈ, ਦੁੱਧ ਕੱਢਿਆ ਤੇ ਇੱਕ ਟਿੰਡ ਵਿੱਚ ਦੁੱਧ ਤੇ ਪਾਣੀ ਬਣਾ ਕੇ ਕੱਚੀ ਲੱਸੀ ਸਾਈਂ ਫਕੀਰ ਦੇ ਅੱਗੇ ਜਾ ਤਰੀ। ਫਕੀਰ ਬਹੁਤ ਪ੍ਰਸੰਨ ਹੋਇਆ, ਅਸੀਸ ਦਿੱਤੀ ਤੇ ਕਹਿਣ ਲੱਗਾ, ਚੌਧਰੀ ਤੈਨੂੰ ਕਿਵੇਂ ਪਤਾ ਸੀ ਕਿ ਮੈਂ ਭੁੱਖਾ ਹਾਂ, ਮੈਂ ਤਾਂ ਪਾਣੀ ਮੰਗਿਆ ਸੀ, ਤੂੰ ਕੱਚੀ ਲੱਸੀ ਕਰਕੇ ਪਿਲਾ ਦਿੱਤੀ। ਜੱਟ ਨੇ ਉੱਤਰ ਦਿੱਤਾ, ਆਪ ਰੱਬ ਦੇ ਸਾਈਂ ਫਕੀਰ ਹੋ, ਮੇਰੇ ਪਾਸ ਜੋ ਸੀ ਹਾਜ਼ਰ ਕਰ ਦਿੱਤਾ। ਇਹ ਸੁਣ ਕੇ ਫਕੀਰ ਵਿਸਮਾਦ ਰੰਗ ਵਿੱਚ ਆ ਗਿਆ ਤੇ ਕਹਿਣ ਲੱਗਾ, ਵਾਹ, ਜਾ ਜੋ ਤੇਰੇ ਪਾਸ ਸੀ ਤੂੰ ਆਪਣੀ ਮਰਜ਼ੀ ਨਾਲ ਮੈਨੂੰ ਅਰਪਣ ਕੀਤਾ, ਜੋ ਸਾਡੇ ਪਾਸ ਹੈ ਅਸੀਂ ਆਪਣੀ ਮਰਜ਼ੀ ਨਾਲ ਤੈਨੂੰ ਅਰਪਣ ਕਰ ਦਿੰਦੇ ਹਾਂ। ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪਿੱਛੇ ਜੱਟ ਨੇ ਵੀ ਇਸੇ ਤਰ੍ਹਾਂ 3 ਵਾਰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਫਕੀਰ ਨੇ ਕਿਹਾ, ਬਸ ਕਈ ਚੱਲ ਇਸ ਤਰ੍ਹਾਂ ਵਾਹਿਗੁਰੂ, 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 ਤੇ ਫਿਰ ਦੇਖ ਰੰਗ ਵਾਹਿਗੁਰੂ ਸਾਈਂ ਦੇ ਕਿ ਇਸ ਵਾਹਿਗੁਰੂ ਵਾਹਿਗੁਰੂ ਨੂੰ ਕੀ ਫਲ ਲੱਗਦੇ ਹਾਂ। ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਤੇ ਇਹ ਜੱਟ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਰਨ ਲੱਗ ਪਿਆ। ਉਸ ਨੂੰ ਹੋਰ ਗੱਲਾਂ ਸਾਰੀਆਂ ਵਿਸਰ ਗਈਆਂ, ਬਸ ਚੇਤੇ ਰਿਹਾ ਤੇ ਇੱਕ ਵਾਹਿਗੁਰੂ, ਬਸ ਇਸੇ ਨਾਮ ਦੀ ਰੱਟ ਲਾ ਬੈਠਾ, ਦਿਨ ਰਾਤ ਇਹੀ ਜਾਪ ਕਰੀ ਜਾਵੇ। ਕੁਝ ਸਮੇਂ ਦੇ ਬਾਅਦ ਪਿੰਡ ਵਾਲਿਆਂ ਨੇ ਵੇਖਿਆ ਕਿ ਮੂੰਹੋਂ ਜੋ ਕਹਿੰਦਾ ਹੈ ਸੱਚ ਹੋ ਜਾਂਦਾ ਹੈ। ਹੋਰ ਲੋਕ ਤਾਂ ਖੇਤਾਂ ਵਿੱਚ ਹਲ ਵਾਹੁੰਦੇ, ਸੁਹਾਗਾ ਦਿੰਦੇ ਤੇ ਨਦੀਣਾ ਕੱਢਦੇ ਸਨ। ਇਹ ਇਵੇਂ ਮਾਮੂਲੀ ਜਿਹਾ ਖੇਤ ਵਾਹ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਖੇਤ ਵਿੱਚ ਬੀਜ ਵੇਚ ਦਿੰਦਾ, ਪਰ ਇਸਦੀ ਖੇਤੀ ਹੋਰਨਾਂ ਨਾਲੋਂ ਬਹੁਤ ਫਲਦੀ ਤੇ ਅਨਾਜ ਪੈਦਾ ਕਰਦੀ। ਇਸ ਦੀ ਸਣੇ ਸਣੇ ਲਾਗੇ ਦੇ ਪਿੰਡਾਂ ਵਿੱਚ ਵੀ ਚਰਚਾ ਹੋ ਗਈ। ਲੋਕ ਇਸ ਪਾਸ ਮਨੌਤਾਂ ਮੰਨਣ ਆਉਣ ਲੱਗ ਪਏ।
ਇਹ ਜੋ ਸਹਿਜ ਸੁਭਾਅ ਬੋਲ ਦੇਵੇ ਉਹ ਹੋ ਜਾਵੇ। ਵਾਕ ਸਿੱਧੀ ਫੁਰਿਆਏ, ਆਖਰ ਇਹ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਇੰਨਾ ਮਸਤ ਹੋ ਗਿਆ, ਇਸ ਨੇ ਆਪਣੇ ਘਰ ਵੀ ਜਾਣਾ ਛੱਡ ਦਿੱਤਾ। ਖੂਹ ਤੇ ਬੈਠ ਰਹੇ ਤੇ ਵਾਹਿਗੁਰੂ 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 ਦੀ ਰੱਟ ਲਗਾਈ ਰੱਖੇ। ਇੱਕ ਦਿਨ ਪਿੰਡ ਦਾ ਨੰਬਰਦਾਰ ਆਇਆ ਤੇ ਆ ਕੇ ਕਹਿਣ ਲੱਗਾ, ਭਾਈ ਤੂੰ ਕੀ ਇੱਥੇ ਕਰ ਰਿਹਾ ਹੈ? ਤੇਰੀ ਘਰਵਾਲੀ ਨੂੰ ਤਾਂ ਤੇਰੇ ਭਰਾ ਨੇ ਆਪਣੇ ਘਰ ਪਾ ਲਿਆ। ਇਸ ਨੇ ਸੁਣਿਆ ਤੇ ਮੁਸ਼ਕਰਾਇਆ ਤੇ ਕਹਿਣ ਲੱਗਾ, ਭਾਈ ਇਸ ਬਲਾ ਤੋਂ ਤਾਂ ਮੇਰੇ ਮਾਂ ਜਾਏ ਨੇ, ਮੇਰੇ ਭਰਾ ਨੇ ਹੀ ਛੁਡਾਉਣਾ ਸੀ ਨਾ, ਇਹ ਉਪਕਾਰ ਹੋਰ ਕਿਸਨੇ ਕਰਨਾ ਸੀ? ਇਹ ਸੁਣ ਕੇ ਨੰਬਰਦਾਰ ਹੈਰਾਨ ਰਹਿ ਗਿਆ। ਜੱਟ ਤਾਂ ਤ੍ਰੀਮਤ ਵਾਸਤੇ ਕਤਲ ਕਰ ਦਿੰਦੇ ਹਨ, ਇਸ ਨੇ ਜ਼ਰਾ ਵੀ ਬੁਰਾ ਨਹੀਂ ਮਨਾਇਆ, ਸਗੋਂ ਸ਼ੁਕਰ ਕਰ ਰਿਹਾ ਹੈ। ਅਗਨ ਨਿਵਾਜੀ ਸਤਿਗੁਰ ਦੇਵ, ਸੇਵਕ ਆਪਣੇ ਲਾਇਓ ਸੇਵ। ਜਦੋਂ ਦੀ ਇਹ ਵਾਰਤਾ ਹੈ ਉਦੋਂ ਪੰਡਿਤ ਈਸਰ ਸਿੰਘ ਜੀ ਬੜੇ ਮਸ਼ਹੂਰ ਵਿਦਵਾਨ ਹੋਏ ਹਨ। ਆਪ ਨਿਰਮਲੇ ਸੰਤ ਸਨ ਤੇ ਚਾਰੇ ਵੇਦਾਂ ਦੇ ਵਕਤਾ ਸਨ, ਗੁਰਮੁਖ ਸਨ, ਗੁਰੂ ਘਰ ਦੇ ਸ਼ਰਧਾਲੂ ਸਨ। ਭਾਰਤ ਵਿੱਚ ਸਾਰੇ ਸਾਧੂ ਸੰਸਾਰ ਵਿੱਚ ਆਪ ਮੰਨੇ ਪ੍ਰਮੰਨੇ ਸਨ। ਕਹਿੰਦੇ ਹਨ ਆਪ ਜੀ ਨੂੰ ਮਹਾਰਾਜਾ ਨਾਭਾ ਹੀਰਾ ਸਿੰਘ ਜੀ ਨੇ ਇੱਕ ਵੇਰ 1,00,000 ਰੁਪਇਆ ਭੇਟ ਕਰਨਾ ਚਾਹਿਆ, ਆਪ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਜਦ ਸਰਦਾਰਾਂ ਨੇ ਅਸਰਾਰ ਕੀਤਾ ਕਿ ਸਵਾਮੀ ਜੀ ਉਹ ਪ੍ਰਵਾਨ ਕਰ ਲਓ, ਕਿਸੇ ਧਰਮ ਕਾਰ ਵਿੱਚ ਲੱਗ ਜਾਏਗਾ, ਮਹਾਰਾਜ ਹੀਰਾ ਸਿੰਘ ਵਰਗਾ ਇਸ ਸਮੇਂ ਮੁਲਕ ਵਿੱਚ ਕੋਈ ਦਾਨੀ ਨਹੀਂ ਹੈ। ਆਪ ਜਲਾਲ ਵਿੱਚ ਆ ਗਏ ਤਾਂ ਕਹਿਣ ਲੱਗੇ, ਜੇ ਮਹਾਰਾਜਾ ਹੀਰਾ ਸਿੰਘ ਵਰਗਾ ਕੋਈ ਦਾਨੀ ਨਹੀਂ ਤਾਂ ਈਸਰ ਸਿੰਘ ਵਰਗਾ ਕੋਈ ਵਿਰਕਤ ਸਾਧੂ ਵੀ ਨਹੀਂ ਹੈ। ਜੇ ਹਰਿਦੁਆਰ ਤੋਂ ਨਾਭੇ ਤੱਕ ਹੀ ਹੀਰਾ ਸਿੰਘ ਅਸ਼ਰਫੀਆਂ ਦੀ ਸੜਕ ਬਣਾ ਦੇਵੇ ਤਾਂ ਉਸ ਵੱਲ ਈਸਰ ਸਿੰਘ ਤੱਕੇਗਾ ਵੀ ਨਹੀਂ। ਇਹਨਾਂ ਪੰਡਿਤ ਈਸਰ ਸਿੰਘ ਹੋਰਾਂ ਪਾਸ ਕਿਸੇ ਨੇ ਉਸ ਜੱਟ ਦਾ ਜ਼ਿਕਰ ਕੀਤਾ ਕਿ ਕਿਵੇਂ ਲੁਧਿਆਣੇ ਲਾਗੇ ਪਿੰਡ ਵਿੱਚ ਇੱਕ ਜੱਟ ਮੁਸ਼ਕਿਆ ਹੈ, ਵਾਹਿਗੁਰੂ ਵਾਹਿਗੁਰੂ ਦੀ ਰੱਟ ਲਾਈ ਰੱਖਦਾ ਹੈ, ਬਗੈਰ ਬਹੁਤ ਹਲਵਾਏ ਜਾਂ ਸੁਹਾਗਾ ਦਿੱਤੇ ਦੇ ਖੇਤੀ ਬਾਕੀਆਂ ਨਾਲੋਂ ਚੰਗੀ ਵੱਢ ਲੈਂਦਾ ਹੈ ਤੇ ਜੋ ਮੂੰਹੋਂ ਕਹਿੰਦਾ ਹੈ ਸੱਚ ਹੋ ਜਾਂਦਾ ਹੈ। ਪੰਡਿਤ ਈਸਰ ਸਿੰਘ ਜੀ ਸੁਣਦੇ ਰਹੇ। ਜਦ ਉਸਨੇ ਦੱਸਿਆ ਕਿ ਇਸ ਦੀ ਘਰਵਾਲੀ ਇਸ ਦੇ ਭਰਾ ਨੇ ਘਰ ਪਾ ਲਈ ਹੈ, ਜਦ ਇਸ ਨੂੰ ਪਤਾ ਲੱਗਾ ਤਾਂ ਇਹ ਭਰਾ ਨਾਲ ਲੜਿਆ ਨਹੀਂ, ਸਗੋਂ ਕਹਿਣ ਲੱਗਾ ਇਸ ਬਲਾ ਤੋਂ ਮੇਰੀ ਮਾਂ ਜਾਏ ਭਰਾ ਨੇ ਹੀ ਛੁਡਾਉਣਾ ਸੀ, ਹੋਰੇ ਉਪਕਾਰ ਕੌਣ ਕਰਦਾ? ਤਾਂ ਪੰਡਿਤ ਹੋਰੀ ਅਸਚਰਜ ਹੋ ਗਏ ਤੇ ਉਸ ਪਿੰਡ ਜਾ ਕੇ ਉਸਦੇ ਦਰਸ਼ਨ ਕਰਨ ਦੀ ਸਲਾਹ ਪੱਕੀ ਕਰ ਲਈ। ਆਪ ਆ ਕੇ ਮਿਲੇ ਤਾਂ ਜੋ ਸੁਣਿਆ ਸੀ ਠੀਕ ਸਹੀ ਕੀਤਾ। ਆਪ ਉਸ ਜੱਟ ਨੂੰ ਕਹਿਣ ਲੱਗੇ ਕਿ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਕਿਉਂ ਕਰਦਾ ਹੈ? ਜੱਟ ਨੇ ਕਿਹਾ ਮੇਰੇ ਮੁਰਸ਼ਿਦ ਨੇ ਇਹ ਦੱਸਿਆ ਸੀ, ਸੋ ਕਰੀ ਜਾਂਦਾ ਹਾਂ, ਮੈਨੂੰ ਕੀ ਪਤਾ ਮੈਂ ਕਿਉਂ ਕਰਦਾ ਹਾਂ। ਪੰਡਿਤ ਜੀ ਨੇ ਪੁੱਛਿਆ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਦੇਵੇਂ ਤਾਂ ਕੀ ਹੋਵੇ? ਜੱਟ ਬੇਬਲ ਹੋ ਕੇ ਕਹਿਣ ਲੱਗਾ ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਦੇਵਾਂ ਤੇ ਮੈਂ ਮਰਦਾ ਹਾਂ। ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਵੇਂ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦਰਡਾਏ। ਇਹ ਜਵਾਬ ਸੁਣ ਕੇ ਪੰਡਿਤ ਈਸਰ ਸਿੰਘ ਜੀ ਨੇ ਜੱਟ ਨੂੰ ਨਮਸਕਾਰ ਕੀਤੀ। ਵਾਹਿਗੁਰੂ ਨਾਮ ਜਪਣ ਵਾਲੇ ਦਾ ਇਉਂ ਜੀਵਨ ਆਧਾਰ ਬਣ ਜਾਂਦਾ ਹੈ, ਬ੍ਰਹਮ ਗਿਆਨੀ ਕੈ ਨਾਮ ਆਧਾਰ।